ਅੱਜ ਦੀ ਵੀਡੀਓ 'ਚ ਗੱਲ ਕਰਦੇ ਹਾਂ ਕੋਈ ਬੈਸਟ ਪ੍ਰੋਗਰਾਮ ਹੋਣ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਕੈਨੇਡਾ ਦੇ ਵਿੱਚ, ਕਿਉਂਕਿ ਮੈਂ ਅਲਬਰਟਾ ਆਇਆ ਹੋਇਆ ਸੀ। ਮੈਨੂੰ ਲੱਗਾ ਵੀ ਇੱਥੋਂ ਬਾਰੇ, ਅਲਬਰਟਾ ਬਾਰੇ ਅਤੇ ਅਟਲਾਂਟਿਕ ਪ੍ਰੋਵਿੰਸਿਸ ਬਾਰੇ ਥੋੜ੍ਹਾ ਹੋਰ ਐਕਸਪਲੇਨ ਕੀਤਾ ਜਾਵੇ। ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਮੈਂ ਗੱਲ ਕਰਦਾ ਅਲਬਰਟਾ ਰੂਰਲ ਕਮਿਊਨਿਟੀਜ਼। ਅਲਬਰਟਾ ਦੇ ਵਿੱਚ 27-28 ਕਮਿਊਨਿਟੀਜ਼ ਅਜਿਹੀਆਂ ਐਡ ਕਰ ਦਿੱਤੀਆਂ ਗਈਆਂ ਜਿਹਦੇ ਵਿੱਚ ਜੇ ਤੁਸੀਂ ਇਨਸਾਈਡ ਕੈਨੇਡਾ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ, ਜਾਂ ਆਊਟਸਾਈਡ ਕੈਨੇਡਾ, ਐਂਡ ਜੇ ਤੁਹਾਨੂੰ ਉਹਨਾਂ ਕਮਿਊਨਿਟੀਜ਼ ਦੇ ਵਿੱਚੋਂ ਕੋਈ ਵੀ ਇੰਪਲੋਇਰ ਜੋਬ ਆਫਰ ਦਿੰਦਾ, ਦੈਨ ਤੁਸੀਂ ਡਾਇਰੈਕਟ ਆਪਣੀ PR ਅਪਲਾਈ ਕਰ ਸਕਦੇ ਹੋ। ਸੋ ਇਸ 'ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਹੈ ਡਿਟੇਲ ਦੇ ਵਿੱਚ ਵੀ ਕੀ ਆ ਪ੍ਰੋਗਰਾਮ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਟਰਾਈ ਕਰੋ ਵੀ ਜਿਹੜੀਆਂ ਜਿਹੜੀਆਂ ਮੇਨ ਸਿਟੀਜ਼ ਨੇ, ਜਿਵੇਂ ਸਿਟੀ ਮੈਡੀਸਨ ਹੈਟ, ਗ੍ਰੈਂਡ ਪ੍ਰੈਰੀ ਜਾਂ ਹੋਰ ਸਿਟੀ ਆਫ ਡਚਸ, ਅਜਿਹੀਆਂ ਸਿਟੀਜ਼ ਦੇ ਵਿੱਚ ਕਾਲ ਕਰੋ ਇੰਪਲੋਇਰਸ ਨੂੰ, ਪੁੱਛੋ ਵੀ ਤੁਸੀਂ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ। ਚਲੋ ਐਗਜ਼ਾਮਪਲ ਦੇ ਤੌਰ 'ਤੇ ਮੰਨ ਕੇ ਚੱਲੋ ANW ਆ, ਜੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ ANW ਦਾ BC 'ਚ ਜਾਂ ਟੋਰਾਂਟੋ 'ਚ, ਦੈਨ ਤੁਸੀਂ ANW 'ਚ ਹੀ ਕਾਲ ਕਰੋ, ਉਹਨਾਂ ਨੂੰ ਪੁੱਛੋ ਵੀ ਮੇਰੇ ਕੋਲ ਐਕਸਪੀਰੀਅੰਸ ਹੈਗਾ ਐਸ ਆ ਸੁਪਰਵਾਈਜ਼ਰ 1 ਈਅਰ ਦਾ, ਅਤੇ ਮੈਂ ਮੂਵ ਹੋਣਾ ਚਾਹੁੰਦਾ, ਵੀ ਜੇ ਤੁਹਾਨੂੰ ਲੋੜ ਆ ਮੈਂ ਮੂਵ ਹੋ ਸਕਦਾ, ਮੈਨੂੰ ਸਿਰਫ ਇੱਕ ਜੋਬ ਆਫਰ ਦੀ ਲੋੜ ਆ। ਜੇ ਉਸ ਟਾਈਮ 'ਤੇ ਉਹਨਾਂ ਨੇ ਤੁਹਾਨੂੰ ਇੱਕ ਜੋਬ ਲੈਟਰ ਦੇ ਤਾ, ਤਾਂ ਤੁਸੀਂ ਡਾਇਰੈਕਟ ਆਪਣੀ PNP ਅਪਲਾਈ ਕਰ ਸਕਦੇ ਹੋ ਅਲਬਰਟਾ ਦੇ ਵਿੱਚ ਆ। ਉਸ ਤੋਂ ਬਾਅਦ ਸਿਰਫ ਪ੍ਰੋਸੈਸਿੰਗ ਟਾਈਮ ਆ ਜਿਹੜਾ 8 ਤੋਂ 10 ਮਹੀਨੇ ਅੱਜ ਦੇ ਟਾਈਮ 'ਚ ਬਹੁਤ ਘੱਟ ਚੱਲ ਰਿਹਾ, ਉਹ ਲੱਗਣਾ, ਐਂਡ ਤੁਸੀਂ PR ਹੋ ਜਾਓਗੇ। ਦੂਜੇ ਪ੍ਰੋਗਰਾਮ ਦੀ ਗੱਲ ਕਰਾਂ, ਉਹ ਹੈਗਾ ਅਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ। ਇਹਦੇ ਵਿੱਚ 4 ਪ੍ਰੋਵਿੰਸਿਸ ਨੇ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਨਿਊ ਫਾਊਂਡਲੈਂਡ ਐਂਡ ਲੈਬਰੇਟਰ ਅਤੇ ਪ੍ਰਿੰਸ ਐਡਵਰਡ ਆਈਲੈਂਡ। ਇਹ 4 ਪ੍ਰੋਵਿੰਸਿਸ ਦੇ ਵਿੱਚ ਜੇ ਤੁਹਾਡੇ ਕੋਲ 1 ਈਅਰ ਦਾ ਇਨਸਾਈਡ ਕੈਨੇਡਾ ਐਕਸਪੀਰੀਅੰਸ ਹੈਗਾ, ਤਾਂ ਤੁਸੀਂ ਇਹਨਾਂ 4 ਪ੍ਰੋਵਿੰਸ ਦੇ ਵਿੱਚੋਂ ਕਿਤੇ ਵੀ ਮੂਵ ਹੋ ਸਕਦੇ ਹੋ। ਉੱਥੇ ਮੂਵ ਹੋ ਕੇ ਤੁਹਾਨੂੰ ਜੇ ਇੰਪਲਾਇਰ ਮੰਨੇ ਤਾਂ ਰਾਈਟ ਵੇ ਜੋਬ ਲੈਟਰ ਦੇ ਸਕਦਾ, ਡਿਪੈਂਡ ਆ ਇੰਪਲਾਇਰ 'ਤੇ। ਜੇ ਉਹਨੇ 6 ਮਹੀਨੇ ਲਗਵਾਉਣੇ, 6 ਮਹੀਨੇ ਵੀ ਲਗਵਾ ਸਕਦੇ ਜਾਂ 1 ਈਅਰ ਵੀ ਲਗਵਾ ਸਕਦਾ ਤੁਹਾਡੇ ਤੋਂ, ਸੋ ਉਹਦੇ 'ਤੇ ਡਿਪੈਂਡ ਆ ਵੀ ਕਿੰਨਾ ਟਾਈਮ ਉਹ ਚਾਹੁੰਦਾ। ਬਟ ਸਭ ਤੋਂ ਬੈਸਟ ਮੇਰੇ ਹਿਸਾਬ ਨਾਲ ਨੋਵਾ ਸਕੋਸ਼ੀਆ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਉਹਦੇ ਵਿੱਚ ਨੋਵਾ ਸਕੋਸ਼ੀਆ ਨੋਮੀਨੀ ਪ੍ਰੋਗਰਾਮ ਆ, NSNP, ਉਹਦੇ ਵਿੱਚ 200 ਫਾਰਮ ਤੁਸੀਂ ਭਰਨਾ, ਇੰਪਲਾਇਰ ਦੇ ਸਾਈਨ ਲੈਣੇ ਆ, ਦੈਨ ਤੁਸੀਂ ਆਪਣੀ ਡਾਇਰੈਕਟ PR ਅਪਲਾਈ ਕਰ ਸਕਦੇ ਹੋ। ਉਹਦੇ ਵਿੱਚ ਜੇ ਤੁਹਾਡੇ ਕੋਲ, ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੰਨੋ ਮੇਰਾ ਇੱਕ ਕਲਾਇੰਟ ਸੀ, ਉਹ ਮੂਵ ਹੋਇਆ ਸੀ BC ਤੋਂ ਨੋਵਾ ਸਕੋਸ਼ੀਆ, ਅਤੇ ਉਹਦੇ ਕੋਲ 1 ਈਅਰ ਦਾ ਐਕਸਪੀਰੀਅੰਸ ਸੀ ਸਾਬੇ ਦਾ। ਸੋ ਨੋਵਾ ਸਕੋਸ਼ੀਆ ਜਦੋਂ ਉਹ ਮੂਵ ਹੋਈ ਤਾਂ ਉਹਨੂੰ 3 ਮਹੀਨਿਆਂ ਬਾਅਦ ਜੋਬ ਲੈਟਰ ਮਿਲ ਗਿਆ ਸੀ, ਅਤੇ ਉੱਥੇ ਹੀ ਹੁਣ ਅੱਜ ਉਹਨੇ PR ਅਪਲਾਈ ਕੀਤੀ ਹੋਈ ਹੈ, ਅਤੇ 8 ਤੋਂ 10 ਮਹੀਨੇ ਪ੍ਰੋਸੈਸਿੰਗ ਟਾਈਮ ਆ, ਉਸ ਤੋਂ ਬਾਅਦ ਉਹ PR ਆਜੂ, ਉਸ ਤੋਂ ਬਾਅਦ ਉਹ ਕਿਤੇ ਵੀ ਆ ਜਾ ਸਕਦੀ ਹੈ। ਬਟ ਇਹਨਾਂ 'ਚੋਂ ਮੇਨ ਟਿਪ ਇਹ ਹੈ ਵੀ ਹਰ ਇੱਕ ਪ੍ਰੋਵਿੰਸ 'ਚ ਜਦੋਂ ਵੀ ਆਪਾਂ ਮੂਵ ਹੁੰਦੇ ਹਾਂ, ਉਹਦੀਆਂ ਆਪਾਂ ਬਿਗ ਸਿਟੀਜ਼ ਦੇਖ ਲੈਂਦੇ ਹਾਂ। ਜਿਵੇਂ ਜੇ ਕਿਸੇ ਬੰਦੇ ਨੇ ਅੰਟਾਰੀਓ ਜਾਣਾ ਤਾਂ ਸਿਰਫ 2 ਸਿਟੀਜ਼ ਬਾਰੇ ਸੋਚੂਗਾ, ਬਰੰਪਟਨ ਜਾਂ ਟੋਰਾਂਟੋ। ਉਵੇਂ ਜੇ ਕਿਸੇ ਨੇ ਸਸਕੈਚਵੈਨ ਆਉਣਾ, ਉਹ ਸਿਰਫ ਸੋਚੂ ਸਸਕਾਟੂਨ ਜਾਂ ਰਜਾਇਨਾ। ਜੇ ਕਿਸੇ ਨੇ ਅਲਬਰਟਾ ਆਉਣਾ, ਉਹ ਸੋਚੂ ਕੈਲਗਰੀ ਜਾਂ ਐਡਮਿੰਟਨ। ਅਤੇ ਜੇ ਕਿਸੇ ਨੇ ਨੋਵਾ ਸਕੋਸ਼ੀਆ ਜਾਣਾ, ਉਹ ਹੈਲੀਫੈਕਸ ਬਾਰੇ ਸੋਚੂਗਾ। ਬਟ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਆ, ਉਹਦੇ ਲਈ ਤੁਹਾਨੂੰ ਇੱਕ ਨਿੱਕੇ ਟਾਊਨ ਪ੍ਰੈਫਰ ਕਰਨੇ ਪੈਣੇ ਆ, ਜੇ ਅੱਜ ਦੇ ਟਾਈਮ 'ਚ PR ਲੈਣੀ ਆ। ਅੱਜ ਦੇ ਟਾਈਮ 'ਚ ਵੀ ਮੈਂ ਮਿਲਦਾ ਉਹ ਬੰਦਿਆਂ ਨੂੰ ਜਿਹੜੇ 2.5-2.5 ਸਾਲਾਂ 'ਚ PR ਹੋ ਜਾਂਦੇ ਆ, 1.5 ਸਾਲ ਦੀ ਪੜ੍ਹਾਈ ਕਰਦੇ ਆ, ਸਾਲ ਦੇ ਨਾਲ ਦੀ ਨਾਲ ਫਾਈਲ ਲੱਗ ਜਾਂਦੀ ਆ ਉਹਨਾਂ ਦੀ, ਅਤੇ ਉਹ PR ਹੋ ਜਾਂਦੇ ਆ। ਸੋ ਜੇ ਤੁਹਾਡੇ ਕੋਲ ਆਪਸ਼ਨ ਹੈਗੀ ਆ, ਨਿੱਕੇ ਟਾਊਨਾਂ ਦੇ ਵਿੱਚ ਮੂਵ ਹੋਵੋ, ਜਲਦੀ PR ਹੋ ਸਕਦੇ ਆ। ਇੱਕ ਹੋਰ ਟਿਪ ਆ, ਜੇ ਤੁਹਾਡਾ ਕੋਈ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਇੰਡੀਆ ਤੋਂ ਆ ਰਿਹਾ, ਤਾਂ ਉਹਨਾਂ ਨੂੰ ਕਹਿ ਕੇ ਰੱਖੋ ਵੀ ਉਹ ਆਲਰੇਡੀ, ਜੇ ਉਹਨੇ ਆਉਣਾ ਕੈਨੇਡਾ ਦੇ ਵਿੱਚ, ਤਾਂ ਉਹ ਅਟਲਾਂਟਿਕ ਪ੍ਰੋਵਿੰਸਿਸ ਵੱਲ ਜਾਵੇ ਜਾਂ ਅਲਬਰਟਾ ਹੋ ਗਿਆ, ਸਸਕੈਚਵਨ ਇੱਧਰ ਆਵੇ, ਕਿਉਂਕਿ ਇੱਥੇ ਹਰ ਇੱਕ ਪ੍ਰੋਵਿੰਸ ਦੇ ਵਿੱਚ ਇੱਕ ਸਟਰੀਮ ਹੁੰਦੀ ਹੈ, ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ। ਉਹ ਸਟਰੀਮ ਦੇ ਅੰਡਰ ਜੇ ਤੁਹਾਡੀ ਫੀਲਡ ਜੋਬ ਆ, ਜੇ ਤੁਸੀਂ ਪੜ੍ਹਿਆ ਗਾ ਉਹੀ ਜੋਬ ਮਿਲ ਗਈ, ਤਾਂ ਤੁਹਾਨੂੰ 0 ਐਕਸਪੀਰੀਅੰਸ 'ਤੇ ਤੁਸੀਂ ਫਾਈਲ ਲਗਾ ਸਕਦੇ ਹੋ। ਮੇਰੇ ਕੇਸ ਦੇ ਵਿੱਚ ਮੈਂ ਡੇ ਕੇਅਰ ਤੋਂ ਫਾਈਲ ਲਗਾਈ ਸੀ 1.5 ਸਾਲ ਪਹਿਲਾਂ, ਆਲਮੋਸਟ 2 ਸਾਲ ਪਹਿਲਾਂ, ਅਤੇ ਮੈਨੂੰ 0 ਐਕਸਪੀਰੀਅੰਸ ਦੀ ਲੋੜ ਸੀ। ਸੋ ਮੈਂ ਆਪਣੇ ਪਹਿਲੇ ਪੇ ਚੈੱਕ 'ਤੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਤੀ ਸੀ, ਅਤੇ ਮੈਂ ਸਾਲ ਦੇ ਵਿੱਚ PR ਹੋ ਗਿਆ ਸੀ। ਟੋਟਲ ਮੈਨੂੰ 3 ਸਾਲ ਹੀ ਲੱਗੇ ਸੀ, ਕਿਉਂਕਿ ਮੈਂ ਇੱਥੇ ਸਸਕੈਚਵੈਨ ਆਇਆ ਸੀ। ਸੋ ਜੇ ਤੁਹਾਡੇ ਕੋਲ ਚੁਆਇਸ ਆ, ਜਾਂ ਤੁਸੀਂ ਕੈਨੇਡਾ ਦੇ ਵਿੱਚ ਕਾਲਜ ਵਗੈਰਾ ਚੇਂਜ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪ੍ਰੈਫਰ ਕਰੋ ਇਹ ਪ੍ਰੋਵਿੰਸਿਸ ਹੋ ਗਈਆਂ, ਜਿਵੇਂ ਸਸਕੈਚਵੈਨ, ਅਲਬਰਟਾ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਨਿਊ ਫਾਊਂਡਲੈਂਡ ਜਾਂ ਪ੍ਰਿੰਸ ਐਡਵਰਡ ਆਈਲੈਂਡ ਜਾਂ ਯੂਕੋਨ। ਇਹਨਾਂ ਦੇ ਵਿੱਚੋਂ ਜੇ ਤੁਸੀਂ ਮੂਵ ਹੁੰਦੇ ਹੋ, ਤਾਂ ਤੁਸੀਂ ਆਪਣੇ ਪਹਿਲੇ ਪੇ ਚੈੱਕ 'ਤੇ ਫਾਈਲ ਲਗਾ ਸਕਦੇ ਹੋ। ਅਗੇਨ ਡਿਪੈਂਡ ਔਨ ਯੂਅਰ ਇੰਪਲਾਇਰ, ਜੇ ਤੁਸੀਂ ਇੰਪਲਾਇਰ ਸਹੀ ਲੱਭ ਲੈਂਦੇ ਹੋ, ਸਹੀ ਚੋਣ ਕਰ ਲੈਂਦੇ ਹੋ, ਤਾਂ ਆਪਣੇ ਪਹਿਲੇ ਪੇ ਚੈੱਕ 'ਤੇ ਆਪਣੀ PR ਲੈ ਸਕਦੇ ਹੋ, ਅਤੇ ਸਾਲ ਬਾਅਦ PR ਹੋ ਕੇ ਕਿਤੇ ਵੀ ਮੂਵ ਹੋ ਸਕਦੇ ਹੋ। ਬਹੁਤ ਸਾਰੇ ਬੱਚਿਆਂ ਦਾ ਇਹ ਵੀ ਕੁਐਸਚਨ ਹੁੰਦਾ ਵੀ ਕਿ PR ਤੋਂ ਬਾਅਦ ਆਪਾਂ ਕਿਤੇ ਵੀ ਮੂਵ ਹੋ ਸਕਦੇ ਹਾਂ, ਤਾਂ ਉਹ 'ਤੇ ਬਾਅਦ ਤਾਂ ਨਹੀਂ ਰਿਸਟ੍ਰਿਕਸ਼ਨਸ। ਸੋ ਅਕੋਰਡਿੰਗ ਟੂ ਯੂਅਰ ਰਾਈਟਸ, ਕਦੇ ਵੀ ਤੁਹਾਡੇ 'ਤੇ ਰਿਸਟ੍ਰਿਕਸ਼ਨਸ ਨਹੀਂ ਲੱਗ
ਲੱਗ ਸਕਦੇ ਜਿਸ ਦਿਨ ਤੁਹਾਡੀ ਕਨਫਰਮੇਸ਼ਨ ਆ ਗਈ ਪਰਮਾਨੈਂਟ ਰੈਜ਼ੀਡੈਂਸੀ ਦੀ ਤੁਸੀਂ ਆਲ ਓਵਰ ਕੈਨੇਡਾ ਕਿਤੇ ਵੀ ਮੂਵ ਹੋ ਕੇ ਰਹਿ ਸਕਦੇ ਹੋ ਤੁਹਾਡੀ ਚੋਇਸ ਆ ਕਿਹੜਾ ਏਰੀਆ ਤੁਸੀਂ ਪ੍ਰੈਫਰ ਕਰਦੇ ਹੋ ਚਾਹੇ ਵਾਪਸ ਬ੍ਰੈਂਪਟਨ ਚੱਲ ਜਾਓ ਚਾਹੇ ਬ੍ਰਿਟਿਸ਼ ਕੋਲੰਬੀਆ ਚੱਲ ਜਾਓ ਕਿਤੇ ਮਰਜ਼ੀ ਰਹੋ ਥੈਂਕ ਯੂ